किसानों का जो कुत्ता वांग पाली हुई फसल का ये इन्ना नुकसान होया, बेमौसमी बरसात ने किसानों का लक तोड़ के रख दिता। तुसी देख रहे हो, तुसी वाइट लई अपने आ कर लिया, फोटो लई आ किदां कणक जिहड़ी आ विसी पई आ, जों सुहागा मारिया हुंदा। ਤਾਣ ਬਹੁਤ ਜ਼ਿਆਦਾ ਹੋ ਚੁੱਕਾ ਜੀ, ਤੁਹਾਡੇ ਸਾਹਮਣੇ ਵੇਖ ਲਓ ਕਣਕ ਦਾ ਕੀ ਹਾਲ ਹੋ ਗਿਆ। ਅਤੇ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਾਨੂੰ ਮੁਆਵਜ਼ਾ ਮਿਲੇ, ਜਾਂ ਸਾਡਾ ਖਰਚਾ ਜੋ ਹੋਇਆ ਵਾ 10,000 ਰੁਪਈਆ ਪ੍ਰਤੀ ਏਕੜ ਦਾ ਆਇੰਦਾ ਖਰਚਾ, ਉਹ ਸਾਨੂੰ ਮਿਲਣਾ ਚਾਹੀਦਾ ਸਰਕਾਰ ਨੂੰ। ਕਿੰਨੀ ਕੁ ਫਸਲ ਖਰਾਬ ਹੋ ਗਈ? 2,000 ਏਕੜ ਖਰਾਬ ਹੋ ਗਈ ਹੈ ਜੀ, 400-500 ਏਕੜ ਤਾਂ ਸਾਡੇ ਗੁਨੋਪੁਰ ਦਾ ਹੀ ਹੈ, ਲਾਗੇ ਸਾਡੇ ਹੁਣ ਦਾਰਾਪੁਰ ਪੈਂਦਾ, ਸਿੱਧਵਲ ਵੀ ਹੈਗਾ, ਉਹਦੇ ਵੀ 700 ਏਕੜ ਦਾਰਾਪੁਰ ਦੀ ਆ ਅਤੇ 500-600 ਏਕੜ ਸਿੱਧਵਲ ਦੀ ਆ, ਇੰਨੀ ਫਸਲ ਖਰਾਬ ਹੋਈ ਆ। ਪੂਰੇ ਇਲਾਕੇ ਸਾਡੇ ਇੱਥੇ ਦੋ ਤਿੰਨਾਂ ਪਿੰਡਾਂ ਘੱਟੋ ਘੱਟ 2,500 ਏਕੜ ਖਰਾਬ ਹੋ ਗਈ ਫਸਲ। ਕੀ ਮੰਗ ਕਰਦੇ? ਮੰਗ ਤਾਂ ਇਹੀ ਕਹਿੰਦੇ ਵੀ ਸਰਕਾਰ ਸਾਨੂੰ ਖਰਚਾ ਦੇਵੇ, ਇਹਦਾ ਮੁਆਵਜ਼ਾ ਮਿਲਣਾ ਚਾਹੀਦਾ। ਹੋਰ ਤਾਂ ਅਸੀਂ ਇਹੀ ਸਰਕਾਰ ਤੋਂ ਖੁਆਇਸ਼ ਕਰਦੇ ਹਾਂ ਵੀ ਸਾਡਾ ਖਰਚਾ ਮਿਲਣ, ਸਾਡਾ ਮੁਆਵਜ਼ਾ, ਚਲੋ ਜ਼ਿਮੀਦਾਰਾਂ ਦਾ ਖਰਚਾ ਥੋੜ੍ਹਾ ਬਹੁਤਾ ਮੋੜ ਸਕੇ। ਅਤੇ ਬੇਮੌਸਮੀ ਬਾਰਿਸ਼ ਕਰਕੇ ਅਤੇ ਨੁਕਸਾਨ ਝੱਖੜ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ, 1,000 ਏਕੜ ਜ਼ਮੀਨ ਜਿਹੜੀ ਉਹ ਖਰਾਬ ਹੋ ਗਈ ਹੈ ਫਸਲ। ਬੜੀ ਮਿਹਨਤ ਕੀਤੀ ਸੀ ਜ਼ਿਮੀਦਾਰਾਂ ਨੇ ਅਤੇ ਬਹੁਤ ਜ਼ਿਆਦਾ ਬਰਬਾਦ ਹੋ ਗਈਆਂ, ਲੰਮੀਆਂ ਹੀ ਪੈ ਗਈਆਂ, ਸੌਦਾ ਫਿਰ ਗਿਆ। ਅਤੇ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਇਹਦਾ ਜਿਹੜਾ ਖਰਾਬਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ। ਜੋ ਅੱਜ ਦੇਖ ਰਹੇ ਹੋ ਤੁਸੀਂ ਸਾਰੇ ਪੰਜਾਬ ਦੇ ਵਿੱਚ ਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਜੋ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਇਹ ਇੰਨਾ ਨੁਕਸਾਨ ਹੋਇਆ, ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਅਸੀਂ ਭਗਵੰਤ ਮਾਨ ਸਰਕਾਰ ਦੇ ਗਾੜੀ ਬੇਨਤੀ ਕਰਦੇ ਹਾਂ ਕਿ ਅੱਜ ਤੱਕ ਕਿਸਾਨਾਂ ਨੂੰ ਸਹੀ ਮੁਆਵਜ਼ਾ ਕਦੀ ਨਹੀਂ ਮਿਲਿਆ। ਜੋ ਪਿਛਲੀ ਕਣਕ ਦੀ ਫਸਲ ਸੀ ਉਹ ਵੀ ਸਾਡੀ ਜੋ 5 ਕੁਇੰਟਲ 7 ਕੁਇੰਟਲ ਦਾ ਰੇਸ਼ੋ ਆਈ ਸੀ ਏਕੜ ਦੀ, ਇਸ ਵਾਰ ਫਸਲ ਕਣਕ ਦੀ ਚੰਗੀ ਸੀ ਪਰ ਫਿਰ ਵੀ ਮੌਸਮ ਨੇ ਬੇਬਰਬਾਦੀ ਕਰ ਦਿੱਤੀ ਆ। ਅਸੀਂ ਸਰਕਾਰ ਗਾੜੀ ਇਹੀ ਬੇਨਤੀ ਕਰਾਂਗੇ ਕਿ ਕਿਸਾਨਾਂ ਵੱਲ ਥੋੜ੍ਹਾ ਧਿਆਨ ਦਿੱਤਾ ਜਾਏ ਅਤੇ ਕਿਸਾਨਾਂ ਨੂੰ ਬਣਦੀ ਜਿਹੜੀ ਹੈ ਮੁਆਵਜ਼ਾ ਉਹ ਦਿੱਤਾ ਜਾਵੇ। ਕਿੰਨੀ ਫਸਲ ਖਰਾਬ ਹੋਈ ਹੈ? ਸਾਡੀ ਜੀ 400-500 ਏਕੜ ਗੁਨੋਪੁਰ ਦਾ ਰਕਬਾ ਹੋਣਾ, ਜੋ 400-500 ਏਕੜ ਖਰਾਬ ਹੋਇਆ। ਤੁਸੀਂ ਦੇਖ ਰਹੇ ਹੋ, ਤੁਸੀਂ ਵਾਈਟ ਲਈ ਆਪਣੇ ਆ ਕਰ ਲਿਆ, ਫੋਟੋ ਲਈ ਆ ਕਿੱਦਾਂ ਕਣਕ ਜਿਹੜੀ ਉਹ ਵਿਸੀ ਪਈ ਆ, ਜਿਉਂ ਸੁਹਾਗਾ ਮਾਰਿਆ ਹੁੰਦਾ। ਪਰ ਕਿਸਾਨਾਂ ਨੇ ਇਹ ਬਹੁਤ ਮਿਹਨਤ ਕਰਕੇ, 2-2 ਸਪਰੇਆਂ ਕਰਕੇ, ਖਾਦਾਂ ਪਾ ਕੇ, ਇੰਨਾ ਡੀਜ਼ਲ ਫੂਕ ਕੇ, ਸਭ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਾਈ ਸੀਗੀ। ਇੱਕ 15-20 ਦਿਨ ਦੀ ਗੱਲ ਸੀਗੀ, ਜੇ 15-20 ਦਿਨ ਮੌਸਮ ਨਾ ਖਰਾਬ ਹੁੰਦਾ ਤਾਂ ਕਣਕ ਸਹੀ ਸਲਾਮਤ ਹੋਣੀ ਸੀ। ਇਸ ਵਾਰ ਸਾਨੂੰ ਆਸ ਸੀਗੀ ਕਿ 20-25 ਕੁਇੰਟਲ 20-22 ਕੁਇੰਟਲ ਦੇੜ ਗੇੜ ਝਾੜ ਹੋਵੇਗਾ। ਮੌਸਮ ਅਜੇ 3-4 ਦਿਨ ਦਾ ਹੋਰ ਦੱਸਿਆ, ਅੱਗੇ ਮੌਸਮ ਖਰਾਬ ਦੱਸਿਆ, ਪਰ ਮੌਸਮ ਲੱਗਦਾ ਵੀ ਹੋਰ ਭਾਰੀ ਨੁਕਸਾਨ ਕਰੇਗਾ ਜੋ ਮੌਸਮ ਦੀ ਚੱਲ ਰਹੀ ਆ।